प्रशासन वालों दुकाना बंद करता समा 8 बजे फिक्स होया तो पुलिस सारे दुकानदार अपने अपने दुकाना 8 बजे बंद कर दो। प्रशासन वालों दुकाना बंद करता समा 8 बजे फिक्स होया तो पुलिस सारे दुकानदार अपने अपने दुकाना 8 बजे बंद कर दो। प्रशासन वालों दुकाना बंद करता समा 8 बजे फिक्स होया तो प्रशासन वालों दुकाना बंद करता समा 8 बजे फिक्स होया तो पुलिस सारे दुकानदार अपनी अपनी दुकाना 8 बजे बंद कर दो। प्रशासन वालों दुकाना बंद करता समा 8 बजे फिक्स होया तो पुलिस सारे दुकानदार अपने अपने दुकाना 8 बजे बंद कर दो। प्रशासन वालों दुकाना बंद करता समा 8 बजे फिक्स होया तो पुलिस सारे दुकानदार अपने अपने दुकाना 8 बजे बंद कर दो। प्रशासन वालों दुकाना बंद करता समा 8 बजे फिक्स होया तो पुलिस सारे दुकानदार अपने अपने दुकाना 8 बजे बंद कर दो। प्रशासन वालों दुकाना बंद करता समा 8 बजे फिक्स होया तो पुलिस सारे दुकानदार अपने अपने दुकाना 8 बजे बंद कर दो। प्रशासन वालों दुकाना बंद करता समा 8 बजे फिक्स होया तो पुलिस सारे दुकानदार अपने अपने दुकाना 8 बजे बंद कर दो। प्रशासन वालों दुकाना बंद करता समा ਲੈ ਕੇ ਜਿਹੜੇ ਪ੍ਰਸ਼ਾਸਨ ਨੇ ਨਵੇਂ ਹਦਾਇਤਾਂ ਜਾਰੀ ਕੀਤੀਆਂ। ਪਹਿਲਾਂ 10 ਵਜੇ ਤੱਕ ਦਾ ਟਾਈਮ ਸੀਗਾ ਦੁਕਾਨਾਂ ਬੰਦ ਕਰਨ ਦਾ। ਹੁਣ ਜਿਹੜਾ ਨਵਾਂ ਆਰਡਰ ਇਸ਼ੂ ਹੋਇਆ ਕਿ ਦੁਕਾਨਾਂ ਥੋੜ੍ਹੀਆਂ ਜਲਦੀਆਂ ਬੰਦ ਹੋਣ, 8 ਵਜੇ ਦਾ ਇਹ ਜਿਹੜਾ ਸਮਾਂ ਫਿਕਸ ਕੀਤਾ ਗਿਆ, ਅਸੀਂ ਅਨਾਊਂਸਮੈਂਟ ਕਰਕੇ ਜਿਹੜਾ ਬਾਜ਼ਾਰ ਦੇ ਵਿੱਚ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਆਪਣੀ ਆਪਣੀ ਦੁਕਾਨ ਹੈ ਜਿਹੜੀ ਉਹ 8 ਵਜੇ ਬੰਦ ਕਰ ਲੈਣ, ਤਾਂ ਕਿ ਜਿਹੜਾ ਇਹ ਕਰੋਨਾ ਦਾ ਕਾਲ ਦੇ ਵਿੱਚ ਨਵੀਂ ਹਦਾਇਤਾਂ ਪ੍ਰਸ਼ਾਸਨ ਵੱਲੋਂ ਜਾਰੀ ਹੁੰਦੀਆਂ ਉਹਨਾਂ ਦੀ ਪਾਲਣਾ ਕੀਤੀ ਜਾ ਸਕੇ। ਤੇ ਜਿਹੜਾ ਦੁਕਾਨਦਾਰ ਨਹੀਂ ਬੰਦ ਕਰੇਗਾ ਕੀ ਕਾਰਵਾਈ ਕੀਤੀ ਜਾਏਗੀ? ਪਹਿਲਾਂ ਤਾਂ ਬੇਨਤੀ ਕੀਤੀ ਜਾਂਦੀ ਹੈ ਸਾਰੇ ਦੁਕਾਨਦਾਰਾਂ ਨੂੰ ਕਿ ਬੰਦ ਕਰ ਲੈਣ, ਅਗਰ ਕੋਈ ਨਹੀਂ ਵੀ ਹਟਦਾ ਫਿਰ ਉਹ ਕਾਨੂੰਨ ਦੇ ਮੁਤਾਬਕ ਜੋ ਵੀ ਹਦਾਇਤਾਂ ਨੇ ਉਹਦੇ ਮੁਤਾਬਕ ਕਾਰਵਾਈ ਹੋ ਸਕਦੀ ਹੈ। ਕੋਰੋਨਾ ਨੂੰ ਦੇਖਦੇ ਹੋਏ ਸਖ਼ਤ ਕਦਮ ਚੁੱਕੇ ਗਏ ਹਨ, ਜਿਹਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਸ਼ਹਿਰ ਦੇ ਮੇਨ ਬਾਜ਼ਾਰ ਕੁਰਾਲੀ ਵਿਖੇ ਸਿਟੀ ਪੁਲਿਸ ਵੱਲੋਂ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ, ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ ਹੈ। ਅੱਠ ਦੁਕਾਨਾਂ ਬੰਦ ਕਰ ਦਿੱਤੀਆਂ ਜਾਣ, ਨਹੀਂ ਤਾਂ ਕਾਰਵਾਈ ਕੀਤੀ ਜਾਵੇਗੀ। ਅਗਵਾਣੀ ਲਈ ਹਰੀਸ਼ ਬਠਵਾਲਾ ਕੁਰਾਲੀ।